ਤਾਂ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ, ਸਵਾਗਤ ਹੈ ਤੁਹਾਡਾ ਗ੍ਰੈਡ ਸ਼ਾਟ ਦੀ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ। ਤਾਂ ਅੱਜ ਆਪਾਂ ਕੁਛ ਨਹੀਂ ਵੈਸੇ ਪੰਗੇ ਲੈਣੇ ਆ ਮੋਡੋਹੋਲਿਕ ਨਾਲ, ਆਪਾਂ ਕਿੱਦਾਂ ਮੋਡੋਹੋਲਿਕ ਦੀ ਟਰਾਲੀ ਆਪਣੀ ਗੇਮ ਦੇ ਵਿੱਚ ਐਡ ਕਰ ਸਕਦੇ ਹਾਂ ਉਹਦੀ ਵੀਡੀਓ ਬਣਾਉਣੀ ਆ। ਸਭ ਤੋਂ ਪਹਿਲਾਂ ਆਪਾਂ ਮੋਡੋਹੋਲਿਕ ਜੀ ਤੋਂ ਪੁੱਛਦੇ ਹਾਂ ਕਿ ਆਖਿਰ ਇਹਨਾਂ ਦੀ ਟਰਾਲੀ ਇੰਨੀ ਜ਼ਿਆਦਾ ਕ੍ਰੈਸ਼ ਕਿਉਂ ਹੁੰਦੀ ਹੈ। ਤਾਂ ਦੱਸੋ ਮੋਡੋਹੋਲਿਕ ਜੀ। ਬੜਾ ਹਰਾਮੀ ਹੋ ਵੀ, ਜਿਹੜੀਆਂ ਲਿਮਿਟਿਡ ਚੀਜ਼ਾਂ ਹੁੰਦੀਆਂ ਨਾ ਉਹ ਹਰ ਕਿਸੇ ਦੇ ਹੱਥ ਵਾਸਤੇ ਚਲਾਉਣੀਆਂ ਨਹੀਂ ਹੁੰਦੀਆਂ। ਹੁਣ ਮੈਂ ਚਲਾਉਂਦਾ, ਮੇਰੀ ਕਦੀ ਕ੍ਰੈਸ਼ ਨਹੀਂ, ਮੈਂ ਵੀਡੀਓ 'ਚ ਰਿਕਾਰਡ ਵੀ ਕਰ ਲੈਂਦਾ। ਲਿਮਿਟਿਡ ਚੀਜ਼ਾਂ ਯਾਰ। ਹੁਣ ਪਹਿਲੀ ਵਾਰ ਕਿਸੇ ਐਂਡਰਾਇਡ ਯੂਜ਼ਰ ਦੇ ਹੱਥ ਆਈਫੋਨ ਫੜਾ ਦੋ ਤਾਂ ਇਹੀ ਪੁੱਛੂਗਾ ਕਿ ਬੈਕ ਕਿੱਥੋਂ ਕਰਨਾ। ਤੇ ਚਲੋ ਤੁਸੀਂ ਸਾਨੂੰ ਇਹ ਦੱਸੋ, ਜਿਹੜੇ ਆਪਣੇ ਵੀਰ ਮਿੱਤਰਾਂ ਦਾ, ਭਰਾਵਾਂ ਦਾ ਮੋਡ ਕ੍ਰੈਸ਼ ਹੋ ਜੇ ਤਾਂ ਉਹ ਫਿਕਸ ਕਿੱਦਾਂ ਕਰਨਗੇ? ਇਹ ਫਿਕਸ ਕਰਨ ਦੇ ਦੋ ਤਿੰਨ ਤਰੀਕੇ ਹੁੰਦੇ ਆ। ਉਹ ਤਾਂ ਪਹਿਲਾਂ ਚੈੱਕ ਕਰਨਾ ਪੈਣਾ ਕਿ ਐਰਰ ਕੀ ਆਉਂਦਾ। ਜੇ ਤਾਂ ਬੇਸਿਕ ਮੈਮਰੀ ਐਰਰ ਆਉਂਦਾ ਫਿਰ ਤਾਂ ਹੀਪ ਐਡਜਸਟਰ, ਬੈਕ ਫਾਈਲ ਲਿਮਿਟ ਐਡਜਸਟਰ, ਤੇ ਤੀਸਰੀ ਚੀਜ਼ ਹੁੰਦੀ ਗੇਮ ਕਨਫਿਗ ਫਾਈਲ। ਇਹ ਤਿੰਨ ਚੀਜ਼ਾਂ ਨੂੰ ਐਡਜਸਟ ਕਰਨਾ ਪੈਂਦਾ, ਪੂਰੀ ਹਾਈ ਰੱਖਣੀ ਪੈਂਦੀ ਹੈ ਜਿਹਦੇ ਨਾਲ ਤੁਹਾਨੂੰ ਵੱਧ ਤੋਂ ਵੱਧ ਪਰਫਾਰਮੈਂਸ ਮਿਲ ਸਕੇ। ਉਹ ਤਾਂ ਆਪਣੇ ਬਾਈ ਮਿੱਤਰਾਂ ਨੇ ਪਹਿਲੀ ਕਰਕੇ ਬੈਠੇ ਹੋਣੇ ਕਿਉਂਕਿ ਆਪਾਂ ਵੀਡੀਓ ਬਣਾ ਛੱਡੇ ਆ। ਬਾਕੀ ਹੁਣ ਤੁਸੀਂ ਮੋਡ ਦੇ ਰਿਲੇਟਡ ਦੱਸੋ ਕਿ ਕਿਹੜੀ ਫਾਈਲ ਡਿਲੀਟ ਕਰਨੀ ਪੈਣੀ ਹੈ ਜਾਂ ਕਿਹੜੀ ਕਿੱਦਾਂ ਕਰਨੀ। ਜੇ ਤੇ ਟਰਾਲੀ ਦੀ ਗੱਲ ਕਰੀਏ, ਜੇ ਤੁਹਾਨੂੰ ਉਹਦੇ 'ਚ ਜ਼ਿਆਦਾ ਹੀ ਕ੍ਰੈਸ਼ ਦੀ ਕੋਈ ਮੁਸ਼ਕਲ ਆਉਂਦੀ, ਲਾਇਬ੍ਰੇਰੀ ਤੋਂ ਘਟਾ ਸਕਦੇ ਜੀ ਕਿਉਂਕਿ ਮੈਂ ਤੇ ਓਨਰ ਆ, ਮੈਨੂੰ ਤਾਂ ਸਾਰੀਆਂ ਰੱਖਣੀਆਂ ਪੈਣੀਆਂ। ਤੁਸੀਂ ਉਹਦੇ 'ਚ ਆਪਣੀ ਲਾਇਬ੍ਰੇਰੀ ਐਡਜਸਟ ਕਰ ਸਕਦੇ ਜੀ ਕਿ ਜਿਹੜੀ ਤੁਹਾਨੂੰ ਨਹੀਂ ਚਾਹੀਦੀ ਉਹਨੂੰ ਕੱਟ ਕਰ ਸਕਦੇ ਜੇ ਟੈਕਸਚਰ ਮੋਡਿੰਗ ਦੇ ਜੇ ਤੁਹਾਨੂੰ ਥੋੜੇ ਬਹੁਤ ਬੇਸਿਕ ਵੀ ਆਉਂਦੇ ਆ। ਜ਼ਿਆਦਾ ਕ੍ਰੈਸ਼ ਆਉਂਦਾ ਤਾਂ ਤੁਸੀਂ ਇੱਕ ਕੰਮ ਕਰ ਸਕਦੇ ਜੇ ਹਲਕੀ ਜੀ ਬੇਸਿਕ ਟੈਕਸਚਰ ਮੋਡਿੰਗ ਵੀ ਆਉਂਦੀ ਹੈ ਤੇ ਜਿਹੜੀ ਲਾਇਬ੍ਰੇਰੀ ਤੁਹਾਨੂੰ ਨਹੀਂ ਚਾਹੀਦੀ ਉਹਨਾਂ ਨੂੰ ਡਿਲੀਟ ਮਾਰ ਦਿਓ ਸਿੰਪਲ। ਬਸ ਜਸਟ ਆਹੀ ਸੀ। ਤੇ ਲਾਇਬ੍ਰੇਰੀ ਆਪਾਂ ਕਿੱਦਾਂ ਡਿਲੀਟ ਕਰ ਸਕਦੇ ਆ ਉਸ ਦੇ ਰਿਲੇਟਡ ਆਪਣੀ ਜਲਦੀ ਵੀਡੀਓ ਆਣੀ ਆ। ਤਾਂ ਪਹਿਲਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੇਖਾਂਗੇ ਕਿ ਆਪਾਂ ਮੋਡ ਕਿੱਦਾਂ ਇੰਸਟਾਲ ਕਰ ਸਕਦੇ ਆ ਤੇ ਆਪਾਂ ਕਿੱਦਾਂ ਉਸ ਨੂੰ ਗੇਮ ਦੇ ਵਿੱਚ ਲੈ ਕੇ ਜਾ ਸਕਦੇ ਆ, ਕਿੱਦਾਂ ਉਸ ਦੇ ਉੱਤੇ ਲਿਵਰੀਆਂ ਚੇਂਜ ਕਰ ਸਕਦੇ ਆ। ਨਾ ਕਿ ਆਪਾਂ ਟੈਕਸਚਰ ਐਡਿਟ ਹਲੇ ਨਹੀਂ ਦੱਸਦੇ, ਟੈਕਸਚਰ ਆਪਾਂ ਇੱਕ ਦੋ ਆਪਣੀ ਆਉਣ ਵਾਲੀ ਜਿਹੜੀ ਵੀਡੀਓ ਹੋਊਗੀ ਆਪਾਂ ਉਹਦੇ ਵਿੱਚ ਦੱਸਾਂਗੇ। ਬਟ ਹਾਂ, ਆਪਾਂ ਟਰਾਲੀ ਦੇ ਵਿੱਚ ਯਾਨੀ ਜੇ ਆਪਾਂ ਨੂੰ ਡਿਫਾਲਟ ਮਿਲਦਾ ਸੰਧੂ ਤਾਂ ਆਪਾਂ ਸੰਧੂ ਤੋਂ ਸਿੱਧੂ ਕਿਵੇਂ ਕਰ ਸਕਦੇ ਆ, ਗਰੇਵਾਲ ਕਿੱਦਾਂ ਕਰ ਸਕਦੇ ਆ, ਉਹ ਵੀ ਆਪਾਂ ਇਸੇ ਵੀਡੀਓ ਦੇ ਵਿੱਚ ਕਵਰ ਕਰਨ ਵਾਲੇ ਆ। ਤਾਂ ਚਲੋ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਆਪਣੇ ਮੋਡੋਹੋਲਿਕ ਬਾਈ ਦੇ ਡਿਸਕਾਰਡ ਤੇ ਜਿੱਥੋਂ ਤੁਸੀਂ ਮੋਡ ਨੂੰ ਡਾਊਨਲੋਡ ਕਰ ਸਕਦੇ ਹੋ। ਤਾਂ ਇੱਕ ਗੱਲ ਨੋਟਿਸ ਕਰ ਲਓ, ਜੇ ਤੁਹਾਨੂੰ ਆਨਲਾਈਨ ਯੂਜ਼ ਕਰਨਾ ਤਾਂ ਕ੍ਰੈਡਿਟ ਦੇ ਨਾਲ ਨਾ ਭੁੱਲਿਓ, ਨਹੀਂ ਫਿਰ ਮੋਡੋਹੋਲਿਕ ਤਾਂ ਪਹਿਲੇ ਨੰਬਰ ਤੇ ਤਿਆਰ ਹੈ ਸਟ੍ਰਾਈਕ ਦੇਣ ਵਾਸਤੇ। ਆਹ ਦੇਖੋ ਮੁੰਡੇ, ਉਰੇ ਡਿਸਕਾਰਡ ਦੇ ਵਿੱਚ ਆਉਣ ਤੋਂ ਬਾਅਦ ਉਰੇ GTA 5 ਮੋਡ ਕਰਕੇ ਸੈਕਸ਼ਨ ਆ, ਤਾਂ ਉਰੇ ਤੁਸੀਂ ਆ ਕੇ ਮੋਡ ਡਾਊਨਲੋਡ ਕਰ ਸਕਦੇ ਹੋ ਬਾਈ ਦੇ ਹੁਣ ਤੱਕ ਜਿੰਨੇ ਵੀ ਦਿੱਤੇ ਹੋਏ ਆ। ਤਾਂ ਆਪਾਂ ਟਰਾਲੀ ਵਾਸਤੇ ਕਵਰ ਕਰਨੇ ਆ ਤਾਂ ਉਰੇ ਦੋ ਟਰਾਲੀਆਂ ਨੇ, ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਸਿਲੈਕਟ ਕਰ ਲਓ ਜਾਂ ਜਿੱਦਾਂ ਵੀ ਤੁਹਾਨੂੰ ਕਰਨੀ ਆ ਉਹ ਕਰ ਲਓ, ਤੇ ਫਿਰ ਉਸ ਨੂੰ ਆਪਣੇ ਜਿਹੜੇ ਬਰਾਊਜ਼ਰ ਦੇ ਵਿੱਚ ਤੁਹਾਨੂੰ ਖੋਲਣਾ ਉਹਦੇ ਵਿੱਚ ਕਰਕੇ ਇਸ ਨੂੰ ਕਰ ਲਓ ਤੁਸੀਂ ਡਾਊਨਲੋਡ। ਵੈਸੇ ਮੈਂ ਪਤਾ ਨਹੀਂ ਕੀ ਬਕਵਾਸ ਕੀਤੀ ਆ, ਬਟ ਇੰਨਾ ਤਾਂ ਤੁਹਾਨੂੰ ਜਨਰਲ ਨੌਲੇਜ ਹੋਣੀ। ਚਲੋ ਫਿਰ ਵੀ ਆਪਾਂ ਆਹ ਦੋ ਇਹ ਟਰਾਲੀਆਂ ਆਪਾਂ ਕਰ ਲੈਂਦੇ ਹਾਂ ਡਾਊਨਲੋਡ, ਤੇ ਦੋਹਾਂ ਨੂੰ ਫਿਰ ਇੱਕ ਵਾਰੀ ਆਪਣੇ ਡਾਊਨਲੋਡ ਹੋ ਜਾਣਾ ਆਪਣਾ, ਕਿਉਂਕਿ ਇੰਟਰਨੈਟ ਥੋੜ੍ਹਾ ਜ਼ਿਆਦਾ ਵਧੀਆ ਨਾ ਯਾਰ, ਤਾਂ ਕਰਕੇ ਆਪਾਂ ਨੂੰ ਟਾਈਮ ਥੋੜ੍ਹਾ ਜਿਹਾ ਲੱਗਣਾ ਹਲੇ। ਤੁਸੀਂ ਆਪ ਸਪੀਡ ਦੇਖ ਸਕਦੇ ਹੋ ਮੈਨੂੰ ਕਿੰਨਾ ਜ਼ਿਆਦਾ ਸੋਹਣਾ ਸਪੀਡ ਆਉਂਦੀ ਪਈ ਆ, ਤੇ ਦੇਖ ਲਓ ਨਹੀਂ ਇਹ ਰਿਵੀਲ ਹੋ ਗਿਆ। ਹਾਂ, ਤਾਂ ਜੈਸੀ ਇਹ ਡਾਊਨਲੋਡ ਹੁੰਦੀਆਂ ਨੇ ਤਾਂ ਮੈਂ ਤੁਹਾਨੂੰ ਫਿਰ ਮਿਲਦਾ। ਹੋ ਜਾ ਪਲੀਜ਼। ਜਿਹੜੇ ਵੀ ਇਹ ਮੋਡ ਸੀ ਹੋ ਚੁੱਕੇ ਆ ਡਾਊਨਲੋਡ, ਤੇ ਹੁਣ ਆਪਾਂ ਬਸ ਹੋਰ ਕੁਛ ਨਹੀਂ ਕਰਨਾ, ਡਾਊਨਲੋਡ ਫੋਲਡਰ ਵਿੱਚ ਜਾਣਾ ਤੇ ਉਰੇ ਇਹਨਾਂ ਦੋਹਾਂ ਨੂੰ ਹੋਮ ਸਕਰੀਨ ਦੇ ਉੱਤੇ ਚੱਕ ਕੇ ਮਾਰਨਾ, ਜਿਹੜੀ ਆਪਣੀ ਹੁਣ ਤੱਕ ਦੀ ਰੀਤੀ ਰਿਵਾਜ ਰਿਹਾ। ਇਹਦੇ ਉੱਤੇ ਰਾਈਟ ਕਲਿੱਕ ਕਰਨਾ ਤੇ ਐਕਸਟ੍ਰੈਕਟ ਈਚ ਆਰਕਾਈਵ ਟੂ ਸੈਪਰੇਟ ਕਰਨਾ, ਤੇ ਇਹਨਾਂ ਨੂੰ ਮਾਰਨਾ ਡਿਲੀਟ, ਤੇ GTA 5 ਦੀ ਆਪਣੀ ਡਾਇਰੈਕਟਰੀ ਖੋਲਣੀ ਆ, ਤੇ ਡਾਇਰੈਕਟਰੀ ਖੋਲਣ ਤੋਂ ਬਾਅਦ ਚ ਥੋਨੇ ਮੋਡਸ ਫੋਲਡਰ ਖੋਲਣਾ ਉਰੇ, ਤੇ ਅਪਡੇਟ ਦੇ ਵਿੱਚ ਜਾਣਾ, ਚੌਂਹਠ ਦੇ ਵਿੱਚ ਜਾਣਾ, DLC ਪੈਕ ਇਹਦੇ ਵਿੱਚ ਜਾਣਾ, ਤੇ ਇਹਦੇ ਵਿੱਚ ਜਾਣ ਤੋਂ ਬਾਅਦ ਚ ਜਿਹੜੀ ਵੀ ਤੁਹਾਡੀ ਟਰਾਲੀ ਆ ਤਾਂ ਤੁਸੀਂ ਉਸ ਨੂੰ ਇੱਕ ਸਾਈਡ ਮਿਨੀਮਾਈਜ਼ ਵਿੰਡੋ ਦੇ ਉੱਤੇ ਖੋਲ ਲਓ। ਉਰੇ ਜਿਹੜੀ ਇਹ ਟਰਾਲੀ 1 MH ਦੀ ਫਾਈਲ ਆ, ਇਸ ਨੂੰ ਡਰੈਗ ਐਂਡ ਡਰੋਪ ਮਾਰੋ, ਤੇ ਹੁਣ ਦੂਜੀ ਟਰਾਲੀ ਖੋਲੋ ਤੇ ਉੱਥੇ ਜਾ ਕੇ ਇਹਦੀ ਵੀ ਫਾਈਲ ਨੂੰ ਤੁਸੀਂ ਡਰੈਗ ਐਂਡ ਡਰੋਪ ਮਾਰਨਾ। ਬਸ ਜਸਟ ਆਹੀ ਦੋ ਸਿੰਪਲ ਜੀ ਸੀ ਟਰਿਕਾਂ ਵੀ ਤੁਸੀਂ ਕਿੱਦਾਂ ਇੰਸਟਾਲ ਕਰ ਸਕਦੇ ਹੋ। ਹੁਣ ਆਪਾਂ ਖੋਲਣਾ OpenIV, ਤੇ OpenIV ਖੋਲਣ ਤੋਂ ਬਾਅਦ ਚੋਂ ਤੁਹਾਨੂੰ ਜਾਣਾ ਵਿੰਡੋਜ਼ ਦੇ ਵਿੱਚ, ਤੇ ਵਿੰਡੋਜ਼ ਦੇ ਵਿੱਚ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀ OpenIV ਖੋਲਣ ਤੋਂ ਬਾਅਦ ਚੋਂ ਤੁਹਾਨੂੰ ਜਾਣਾ ਟੂਲਸ ਦੇ ਵਿੱਚ, ਟੂਲਸ ਦੇ ਵਿੱਚ ਜਾਣ ਤੋਂ ਬਾਅਦ ਚੋਂ ASI ਮੈਨੇਜਰ, ਉਰੇ ਆ ਕੇ ਤੁਸੀਂ ਆਹ ਜਿਹੜੀਆਂ ਦੋ ਤੁਹਾਡੀਆਂ ਫਾਈਲਾਂ ਨੇ ਇਹਨਾਂ ਨੂੰ ਇੰਸਟਾਲ ਕਰ ਲਓ। ਬਸ ਤੁਹਾਡਾ ਮੇਨ ਕੰਮ ਇਹੀ ਸੀ, ਹੁਣ ਮੋਡਸ ਫੋਲਡਰ ਦੇ ਵਿੱਚ ਜਾ ਕੇ ਅਪਡੇਟ ਦੇ ਵਿੱਚ ਜਾਣਾ, ਤੇ update.rpf ਦੇ ਵਿੱਚ ਜਾ ਕੇ ਕਾਮਨ ਦੇ ਵਿੱਚ ਜਾਣਾ, ਤੇ ਉਰੇ ਡੇਟਾ, ਤੇ ਡੇਟਾ ਦੇ ਵਿੱਚ ਜਾਣ ਤੋਂ ਬਾਅਦ ਤੁਹਾਨੂੰ ਐਡਿਟ ਮੋਡ ਤੁਹਾਡਾ ਆਨ ਹੋਣਾ ਚਾਹੀਦਾ। ਤਾਂ DLC ਲਿਸਟ ਆ ਜੋ .xml ਫਾਈਲ ਆ, ਇਹਦੇ ਉੱਤੇ ਰਾਈਟ ਕਲਿੱਕ ਕਰੋ ਤੇ ਇਸ ਨੂੰ ਐਡਿਟ ਦੇ ਵਿੱਚ ਖੋਲੋ, ਜਾਂ ਮੈਂ ਤੁਹਾਨੂੰ ਇੱਕ ਸ਼ਾਰਟਕਟ ਦੱਸ ਦਿੰਦਾ, ਇਹਦੇ ਉੱਤੇ Ctrl+Enter ਕਰ ਦਿਓ ਤਾਂ ਇਹ ਆਪਣੇ ਆਪ ਖੁੱਲ ਜਾਣਾ, ਤੇ ਇਹਦੇ ਬਾਅਦ ਤੁਹਾਨੂੰ ਥੱਲੇ ਆਉਣਾ ਤੇ ਉਰੇ ਜਿਹੜੀ ਲਾਸਟ ਫਾਈਲ ਹੋਣੀ ਆ ਉਸ ਨੂੰ ਕਾਪੀ ਕਰ ਲੈਣਾ, ਤੇ ਕਾਪੀ ਕਰਨ ਤੋਂ ਬਾਅਦ ਚੋਂ ਤੁਹਾਨੂੰ ਉਰੇ Ctrl+V ਕਰਕੇ, ਤੇ ਜਿਹੜਾ ਆਪਾਂ ਤੁਹਾਨੂੰ ਆਪਣੀ ਮੋਡਸ
ਕਿ ਹਾਂ ਆਪਾਂ ਕਿੱਦਾਂ ਕਰ ਸਕਦੇ ਹਾਂ ਤਾਂ ਉਰੇ ਇਸ ਨੂੰ ਨਾਮ ਨੂੰ ਕਾਪੀ ਕਰਨਾ ਤੇ ਆਹ ਉਰੇ ਇੱਦਾਂ ਪੇਸਟ ਮਾਰ ਦੇਣਾ ਟਰਾਲੀ 2 ਤੇ ਇਸ ਨੂੰ ਇੱਕ ਵਾਰੀ ਪੂਰੀ ਨੂੰ ਕਾਪੀ ਕਰਨਾ ਜਿਹੜੇ ਜੇ ਤੁਸੀਂ ਦੋ ਟਰਾਲੀਆਂ ਆਪਣੀ ਗੇਮ ਦੇ ਵਿੱਚ ਐਡ ਕਰਨੀਆਂ ਨੇ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਸਟੈਪ ਆ ਕਿਉਂਕਿ ਜੇ ਤੁਸੀਂ ਇਸ ਨੂੰ ਨਹੀਂ ਕਰਦੇ ਤਾਂ ਤੁਹਾਡਾ ਮੋਡ ਐਕਟੀਵੇਟ ਨਹੀਂ ਹੋਊਗਾ ਗੇਮ ਦੇ ਵਿੱਚ ਜਾਣ ਵਾਸਤੇ ਤਾਂ ਬਸ ਆਹ ਸਟੈਪ ਸੀ ਤੇ ਉਰੇ ਤੁਹਾਨੂੰ ਸੇਵ ਕਰਨਾ ਤੇ ਸੇਵ ਕਰਨ ਤੋਂ ਬਾਅਦ ਤੁਹਾਨੂੰ ਐਡਿਟ ਮੋਡ ਆਫ ਕਰ ਦੇਣਾ ਜੇ ਤੁਹਾਡੀ ਗੇਮ ਦੇ ਵਿੱਚ ਆਹ ਜਾ ਕੇ ਕਰੈਸ਼ ਹੁੰਦੀ ਆ ਸਭ ਤੋਂ ਪਹਿਲਾਂ ਤੁਹਾਨੂੰ ਜਿਹੜੀ ਆਪਣੀ ਟਰਾਲੀ ਆ ਇਹੀ ਸਪੋਨ ਕਰਨੀ ਆ ਹੋਰ ਕੁਛ ਨਹੀਂ ਤੇ ਹਿੱਪਰ ਰਜਿਸਟਰ ਜੇ ਤੁਹਾਡੇ ਕੋਲ ਹੋਊਗਾ ਤਾਂ ਇਸ ਦੀ ਵੈਲਿਊ 2000 ਕਰਕੇ ਰੱਖਿਓ ਜਿੱਦਾਂ ਆਪਾਂ ਆਪਣੇ ਹਾਊ ਟੂ ਇੰਸਟਾਲ ਮੋਡਸ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਤਾਂ ਜੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਨਾ ਤਾਂ ਇੱਕ ਵਾਰੀ ਉਸ ਵੀਡੀਓ ਨੂੰ ਦੇਖ ਲਓ ਤੇ ਚਲੋ ਹੁਣ ਆਪਾਂ ਖੋਲ ਲੈਂਦੇ ਹਾਂ ਗੇਮ ਨੂੰ ਤੇ ਗੇਮ ਨੂੰ ਖੋਲ ਕੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਆਖਿਰ ਔਨ ਕਿੱਦਾਂ ਕਰ ਸਕਦੇ ਹਾਂ ਦੇਖੋ ਹੁਣ ਆਪਣੀ ਗੇਮ ਇੱਕ ਵਾਰੀ ਵੈਰੀਫਾਈ ਹੁੰਦੀ ਪਈ ਆ ਜੋ ਕਿ ਰੌਕ ਸਟਾਰ ਐਡੀਟਰ ਕਰਦਾ ਹੀ ਆ ਹਮੇਸ਼ਾ ਹਰ ਵਾਰੀ ਕਰਦਾ ਤੇ ਬਸ ਇਹੀ ਸੀ ਹੁਣ ਇੱਕ ਵਾਰੀ ਆਪਣੀ ਗੇਮ ਖੁੱਲ ਜੇ ਤਾਂ ਮੈਂ ਤੁਹਾਨੂੰ ਸਿੱਧਾ ਗੇਮ ਦੀ ਹੋਮ ਸਕਰੀਨ ਤੇ ਮਿਲਦਾ ਤਾਂ ਬਾਕੀ ਆਪਾਂ ਉੱਥੇ ਜਾ ਕੇ ਗੱਲ ਕਰਾਂਗੇ ਤਾਂ ਮਿੱਤਰੋ ਚਲੋ ਹੁਣ ਆਪਾਂ ਉਰੋ ਚੱਲਦੇ ਹਾਂ ਸਟੋਰੀ ਮੋਡ ਦੇ ਵਿੱਚ ਤੇ ਸਟੋਰੀ ਮੋਡ ਦੇ ਵਿੱਚ ਜਾ ਕੇ ਦੇਖਦੇ ਹਾਂ ਕਿ ਆਖਿਰ ਆਪਾਂ ਆਪਣੀ ਗੇਮ ਦੇ ਵਿੱਚ ਸਪੌਨ ਕਿੱਦਾਂ ਕਰਨੀ ਆ ਜੋ ਦੋ ਟਰਾਲੀਆਂ ਆਪਾਂ ਐਡ ਕੀਤੀਆਂ ਨੇ ਉਹ ਤੇ ਤੁਹਾਨੂੰ ਬਸ ਈਜ਼ੀ ਟ੍ਰਿਕ ਆ ਯਾਰ ਤੇ ਹਾਂ ਸੱਚ ਆਪਾਂ ਲਾਸਟ ਵੀਡੀਓ ਦੇ ਵਿੱਚ ਵੀ ਨਹੀਂ ਬੋਲਿਆ ਸੀ ਤੇ ਇਸ ਵੀਡੀਓ ਦੇ ਵਿੱਚ ਮੈਂ ਆਲਮੋਸਟ ਭੁੱਲੇ ਗਿਆ ਸੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਤੇ ਯਾਰ ਕਰੋ ਯਾਰ ਕੀ ਕਰਦੇ ਪਏ ਹੋ ਸ਼ੇਅਰ ਕਰਕੇ ਆਓ ਪਹਿਲਾਂ ਇਹਨੂੰ ਨਹੀਂ ਪਹਿਲਾਂ ਇੱਕ ਵਾਰ ਪੂਰੀ ਦੇਖ ਲਓ ਤੁਹਾਡੀ ਨੌਲੇਜ ਅਧੂਰੀ ਨਾ ਰਹੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਉਹ ਜਿਹੜਾ ਬੈਲ ਵਾਲਾ ਆਈਕਨ ਹੈ ਨਾ ਚੰਗੀ ਤਰ੍ਹਾਂ ਫੋੜ ਦੋ ਉਸਨੂੰ ਫੋੜੋ ਉਸਨੂੰ ਤੇ ਆਹ ਆਪਣਾ ਆ ਗਿਆ ਮਾਈਕਲ ਜੱਟ ਕਹਿੰਦੇ ਪੱਗ ਪੁੱਗ ਬੰਨ ਰੱਖੀਏ ਚੰਗੀ ਤਰ੍ਹਾਂ ਤਾਂ ਬਸ ਤੁਹਾਨੂੰ ਉਰੇ ਆ ਕੇ ਹੋਰ ਕੁਛ ਨਹੀਂ ਕਰਨਾ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਐਡ ਆਨ ਸਪੌਨਰ ਤਾਂ ਐਡ ਆਨ ਸਪੌਨਰ ਤੁਹਾਨੂੰ ਫਾਇਦੇ ਦਿਖਾਉਣਾ ਆਖਿਰ ਹੁੰਦੇ ਕੀ ਆ ਤੇ ਆਹ ਦੇਖ ਉਰੇ ਆਉਣਾ ਤੁਹਾਨੂੰ ਸਰਚ ਵਹੀਕਲ ਵਿੱਚ ਜਾਣਾ ਤੇ ਉਰੇ ਤੁਹਾਨੂੰ ਸਪੌਨ ਕਰ ਲੈਣੀ ਹੈ ਟਰਾਲੀ 2 MH ਆਹ ਦੇਖੋ ਤੁਹਾਡੀ ਟਰਾਲੀ ਹੋ ਗਈ ਸਪੌਨ ਗਲਤ ਸਪੌਨ ਹੋਈ ਹੈ ਯਾਰ ਤੇ ਹੁਣ ਤੁਹਾਨੂੰ ਕਰਨੀ ਦੂਜੀ ਜਿਹੜੀ ਮੋਟੋਹੋਲਿਕ ਦੀ ਟਰਾਲੀ ਆ ਉਹ ਵੀ ਸਪੌਨ ਕਰ ਲਈ ਆਪਾਂ ਬਸ ਆਹ ਦੇਖੋ ਆਪਣੀ ਦੋ ਟਰਾਲੀਆਂ ਹੋ ਗਈਆਂ ਸਪੌਨ ਤਾਂ ਜਿਹੜੀ ਇਹ ਵਾਲੀ ਟਰਾਲੀ ਹੈ ਇਹਦੀ ਸਿਰਫ ਇੱਕ ਹੀ ਲਿਵਰੀ ਆ ਇਹ ਬਹੁਤ ਘੱਟ ਕਰੈਸ਼ ਹੁੰਦੀ ਹੈ ਇਸ ਕਰਕੇ ਇਹਦੀ ਜਿਹੜੀ ਲਿਵਰੀ ਆ ਉਹ ਸਿਰਫ ਸੰਧੂ ਨਾਮ ਤੇ ਆ ਆਹ ਤੁਹਾਨੂੰ ਮੈਨੂਅਲੀ ਟੈਕਸਚਰ ਐਡਿਟ ਕਰਨਾ ਪੈਣਾ ਜੇ ਤੁਹਾਨੂੰ ਇਸ ਦੀ ਲਿਵਰੀ ਚੇਂਜ ਕਰਨੀ ਆ ਤੇ ਬਾਕੀ ਸਾਰੀਆਂ ਹੁਣ ਤੱਕ ਬਾਈ ਨੇ ਜਿੰਨੀਆਂ ਵੀ ਲਿਵਰੀਆਂ ਬਣਾ ਕੇ ਦਿੱਤੀਆਂ ਨੇ ਇਸ ਵਾਲੀ ਟਰਾਲੀ ਦੇ ਉੱਤੇ ਬਣਾ ਕੇ ਦਿੱਤੀਆਂ ਨੇ ਉਹਨੇ ਇਸ ਨੂੰ ਲਿਵਰੀਆਂ ਚੇਂਜ ਕਰਨੀਆਂ ਨੇ ਹੁਣ ਤੁਸੀਂ ਇੱਦਾਂ ਪੁੱਛੋਗੇ ਮੇਰੇ ਕੋਲ ਕਮੈਂਟਾਂ ਦੇ ਵਿੱਚ ਤਾਂ ਉਹ ਵੀ ਮੈਂ ਇਸ ਵੀਡੀਓ ਦੇ ਵਿੱਚ ਕਵਰ ਕਰ ਲੈਣਾ ਤੁਹਾਨੂੰ ਆਪਣਾ ਮੈਨੂ ਟ੍ਰੇਨਰ ਐਕਟੀਵੇਟ ਕਰਨਾ ਤੇ F9 ਨੱਪਣਾ ਤੇ ਇਹਦੇ ਵਿੱਚ ਆ ਕੇ ਇਹਦੇ ਉੱਤੇ ਰਾਈਟ ਕਲਿੱਕ ਕਰੋ ਇਸ ਨੂੰ ਐਂਟਰ ਇਨ ਡੇਟਾਬੇਸ ਕਰਕੇ ਮੈਨੂ ਕਸਟਮ ਦੇ ਵਿੱਚ ਜਾਓ ਉਰੇ ਤੁਹਾਡੇ ਕੋਲ ਇਹ ਲਿਵਰੀ ਨਾਮ ਦੀ ਆਪਸ਼ਨ ਹੋਣੀ ਉਦੋਂ ਤੁਸੀਂ ਚੇਂਜ ਕਰ ਸਕਦੇ ਹੋ ਆਪਣੇ ਸਰਨੇਮ ਦੇ ਹਿਸਾਬ ਨਾਲ ਜਾਂ ਜਿਹੜੀ ਤੁਹਾਨੂੰ ਤੁਹਾਡੇ ਵੀਡੀਓ ਵਗੈਰਾ ਦੇ ਵਿੱਚ ਚਾਹੀਦੀ ਆ ਤਾਂ ਜਿੱਦਾਂ ਆਪਣਾ ਗਰੇਵਾਲ ਆਪਾਂ ਗਰੇਵਾਲ ਕਰ ਲੈਂਦੇ ਹਾਂ ਆਹ ਦੇਖੋ ਆਪਣੀ ਆ ਗਈ ਜੋ ਕਿ ਬਹੁਤ ਵਧੀਆ ਬਣਾਈ ਆ ਬਾਈ ਨੇ ਆਪਣੇ ਕਹਿਣ ਤੇ ਬਸ ਹੁਣ ਤੁਸੀਂ ਉਰੇ ਜਾਣਾ ਪੇਂਟ ਦੇ ਵਿੱਚ ਪੇਂਟ ਜਿਹੜਾ ਪ੍ਰਾਇਮਰੀ ਆ ਪ੍ਰਾਇਮਰੀ ਦੇ ਵਿੱਚ ਜਾਓ ਤੇ ਇਸ ਨੂੰ ਕਰ ਦਿਓ ਮਟੈਲਿਕ ਜਿੱਥੇ ਤੱਕ ਮੈਂ ਯਾਰ ਯੂਜ਼ ਕੀਤਾ ਮੈਨੂੰ ਬਲੂ ਬਹੁਤ ਹੀ ਲੱਗਿਆ ਇਹਦੇ ਉੱਤੇ ਬਾਕੀ ਬਲੈਕ ਵਗੈਰਾ ਵੀ ਠੀਕ ਆ ਬਟ ਬਲੂ ਥੋੜ੍ਹਾ ਜ਼ਿਆਦਾ ਵਧੀਆ ਲੱਗਦਾ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ ਯਾਰ ਜਿੱਦਾਂ ਦੇਖੋ ਬਹੁਤ ਡਾਰਕ ਡਾਰਕ ਅਤੇ ਚੰਗੇ ਚੰਗੇ ਹੈਗੇ ਇਹਦੇ ਵਿੱਚ ਆਹ ਦੇਖੋ ਬਹੁਤ ਚੰਗੀ ਚੰਗੀ ਤਰ੍ਹਾਂ ਆਉਂਦੀ ਨੇ ਬਟ ਬਲੂ ਥੋੜ੍ਹੀ ਮੇਰੀ ਮੈਂ ਪਰਸਨਲ ਪ੍ਰੈਫਰੈਂਸ ਦੇ ਵਿੱਚ ਆਉਂਦੀ ਆ ਉਹ ਮੇਰੇ ਜਿੱਦਾਂ ਤੁਸੀਂ ਦੇਖੋ ਤੁਸੀਂ ਕੋਈ ਵੀ ਕਲਰ ਕਰ ਸਕਦੇ ਹੋ ਤਾਂ ਆਪਾਂ ਬਲੈਕ ਰੱਖ ਲੈਂਦੇ ਹਾਂ ਅਤੇ ਉਦੋਂ ਬਾਅਦ 'ਚੋਂ ਤੁਹਾਨੂੰ ਜਾਣਾ ਜਿਹੜਾ ਐਕਸਟਰਾ ਦੇ ਵਿੱਚ ਮੈਨੂ ਕਸਟਮ ਦੇ ਵਿੱਚ ਜਾ ਕੇ ਐਕਸਟਰਾ ਤਾਂ ਤੁਸੀਂ ਉਰੇ ਐਕਸਟਰਾ ਵੀ ਲਾ ਸਕਦੇ ਹੋ ਜੇ ਇਸ ਟਰਾਲ ਨੂੰ ਇੱਦਾਂ ਦਾ ਬਣਾਉਣਾ ਤਾਂ ਦੇਖੋ ਇਹਦੇ ਐਕਸਟਰਾ 1 ਦੇ ਵਿੱਚ ਇਹ ਹੈ ਅਤੇ ਐਕਸਟਰਾ 2 ਦੇ ਵਿੱਚ ਇਹਦੇ ਆਹ ਅਤੇ ਆਪਾਂ ਇਸ ਨਾਲ ਪੰਗੇ ਲੈਣੇ ਆ ਆਪਣੀ ਇੱਕ ਆਉਣ ਵਾਲੀ ਵੀਡੀਓ ਦੇ ਵਿੱਚ ਇਸ ਨਾਲ 20 ਪੰਗੇ ਲਵਾਂਗੇ ਤਾਂ ਇੱਕ ਵਾਰੀ ਆਪਾਂ ਵਿੱਡ ਤੇ ਇਹ ਦੋ ਹਟਾ ਲੈਂਦੇ ਹਾਂ ਤਾਂ ਚਲੋ ਹੁਣ ਦੇਖਿਓ ਤੁਹਾਨੂੰ ਇੱਕ ਚੀਜ਼ ਕਰਕੇ ਦਿਖਾਉਣਾ ਤੇ ਹੁਣ ਤੁਸੀਂ ਇੱਦਾਂ ਹੀ ਪੁੱਛਣਾ ਕਿ ਆਪਾਂ ਇਸ ਨੂੰ ਆ ਕੇ ਟਰੈਕਟਰ ਦੇ ਪਿੱਛੇ ਕਿੱਦਾਂ ਪਾ ਸਕਦੇ ਹਾਂ ਤਾਂ ਉਸ ਵਾਸਤੇ ਤੁਹਾਨੂੰ ਲੱਗਣਾ ਟੋਚਨ ਮੋਡ ਟੋਚਨ ਮੋਡ ਦੀ ਤੁਹਾਨੂੰ ਜ਼ਰੂਰਤ ਪੈਣੀ ਜੇ ਤੁਹਾਨੂੰ ਇਸੇ ਆਪਣੇ ਟਰੈਕਟਰ ਦੇ ਪਿੱਛੇ ਪਾਉਣਾ ਤਾਂ ਚਲੋ ਆਪਾਂ ਮੋਟੋਹੋਲਿਕ ਦਾ 5310 ਹੀ ਸਪੌਨ ਕਰਦੇ ਹਾਂ ਤਾਂ ਚਲੋ ਆਪਾਂ ਇਸ ਨੂੰ 5310 ਖਾਲੀ ਰਹਿਣ ਆਪਾਂ ਆਹ ਦੇਖੋ ਕੰਟਰੋਲ ਇੱਦਾਂ ਕਰ ਤੁਹਾਨੂੰ ਪਾ ਲੈਣੀ ਆ ਟਰਾਲੀ ਇਹਦੇ ਪਿੱਛੇ ਤਾਂ ਆਹ ਦੇਖੋ ਜਿੱਦਾਂ ਤੁਹਾਨੂੰ ਆਪਣਾ ਸੀਨ ਬਣਾਉਣਾ ਤੁਸੀਂ ਕ੍ਰੀਏਟ ਕਰੋ ਆਹ ਦੇਖੋ ਤੁਹਾਡੀ ਪੈ ਗਈ ਟਰਾਲੀ ਵਗੈਰਾ ਚੰਗੀ ਤਰ੍ਹਾਂ ਤੇ ਹੁਣ ਜਿੱਦਾਂ ਤੁਹਾਨੂੰ ਕੰਟੀਨਿਊ ਕਰਨਾ ਤਾਂ ਉਹਦਾ ਜੇ ਤੁਸੀਂ ਕਿਸੇ ਪੁਰਾਣੇ ਟਰੈਕਟਰ ਦੇ ਪਿੱਛੇ ਪਾਉਂਦੇ ਹੋ ਜਿੱਦਾਂ ਪੁਰਾਣੇ ਵਾਲਾ 6911 ਸੀ ਫੋਰਡ ਸੀ ਮੈਸੀ 385 ਸੀ ਇਹਨਾਂ ਵਾਸਤੇ ਤੁਹਾਨੂੰ ਉਹਦੀ ਟਰਬੋ ਵਗੈਰਾ ਵਧਾਉਣੀ ਪੈਣੀ ਹੈ ਤੇ ਥੋੜ੍ਹੀ ਜਿਹੀ ਮੋਟੋਹੋਲਿਕ ਬਾਈ ਦੀ ਜੌਂਡੀਅਰ ਨਾਲ ਥੋੜ੍ਹੀ ਆਪਾਂ ਕੀ ਕਹੀਏ ਉਸਨੂੰ ਰਿਸ਼ਤੇਦਾਰੀ ਜੀ ਕਰਕੇ ਇਹ ਥੋੜ੍ਹੀ ਜਿਹੀ ਉਹਨਾਂ ਨੇ ਜ਼ਿਆਦਾ ਵਧੀਆ ਬਣਾਈ ਹੋਈ ਆ ਤਾਂ ਇਸ ਦੀ ਪਹਿਲੀ ਟੋਰਕ ਟੂਰਕ ਸਾਰੀ ਫੁੱਲ ਆ ਤਾਂ ਆਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਾਂ ਥੈਂਕ ਯੂ ਫੋਰ ਵਾਚਿੰਗ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸ਼ੇਅਰ ਕਰੋ ਚੈਨਲ ਨੂੰ ਆਪਣੇ ਦੋਸਤਾਂ